ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਬੈਠਕ ਜਾਰੀ ਮੁੱਖ ਮੰਤਰੀ ਦੀ ਰਿਹਾਇਸ਼ ਤੇ ਹੋ ਰਹੀ ਹੈ ਬੈਠਕ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ਤੇ ਹੋ ਰਹੀ ਹੈ ਚਰਚਾ ਕਾਂਗਰਸ ਨੂੰ ਝਟਕਾ ਪਟਿਆਲਾ ਦੇ ਡਿਪਟੀ ਮੇਅਰ ਰਹੇ ਕਬੀਰ ਦਾਸ ਸਾਥੀਆਂ ਸਣੇ ਅਕਾਲੀ ਦਲ 'ਚ ਹੋਏ ਸ਼ਾਮਲ ਸੁਖਬੀਰ ਸਿੰਘ ਬਾਦਲ ਨੇ ਕੀਤਾ ਸਵਾਗਤ ਅਕਾਲੀ ਦਲ ਨੇ ਕਿਹਾ ਅਜੇ ਤਾਂ ਸ਼ੁਰੂਆਤ ਹੈ ਕਾਂਗਰਸ ਨੇ ਕਿਹਾ ਲੱਗਾ ਰਹਿੰਦਾ ਹੈ ਆਉਣਾ ਜਾਣਾ ਦਬਾਅ ਪਾ ਕੇ ਕਰਵਾਈ ਜਾ ਰਹੀ ਹੈ ਸ਼ਮੂਲੀਅਤ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਯਾਤਰਾ ਮੁਕਤਸਰ ਦੇ ਦੋਦਾ 'ਚ ਪਹੁੰਚੀ ਮੁਕਤਸਰ ਸ਼ਹਿਰ ਤੋਂ ਬਾਅਦ ਫਿਰੋਜ਼ਪੁਰ ਤੇ ਗੁਰਹਟ ਸਹਾਈ ਵੀ ਗਈ ਕੈਪਟਨ ਨੇ ਕਿਸਾਨ ਯਾਤਰਾ ਕੈਪਟਨ ਨੇ ਕਿਹਾ ਜਲਦ ਮੈਨੀਫੈਸਟੋ ਕਰਾਂਗੇ ਜਾਰੀ ਅਕਾਲੀ ਦਲ ਨੇ ਕੈਪਟਨ ਦੀ ਕਿਸਾਨ ਯਾਤਰਾ ਤੇ ਚੁੱਕੇ ਸਵਾਲ ਸਿੱਖਿਆ ਸੁਧਾਰ ਲਈ ਬਣੀ ਸਬ ਕਮੇਟੀ ਦੇ ਚੇਅਰਮੈਨ ਤੇ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਸੁਧਾਰ ਸੰਬੰਧੀ ਤਿਆਰ ਕੀਤੀ ਰਿਪੋਰਟ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਸੌਂਪੀ 199 ਪੇਜਾਂ ਦੀ ਰਿਪੋਰਟ ਦੇ ਵਿੱਚ ਸਿੱਖਿਆ ਦੇ ਸੁਧਾਰ ਸੰਬੰਧੀ ਦਿੱਤੇ ਗਏ ਕਈ ਸੁਝਾਅ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਕਸੀ ਕਮਰ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਦਾ ਦਾਅਵਾ ਕਿਹਾ ਅਗਲੇ 2-3 ਹਫ਼ਤਿਆਂ 'ਚ ਚੋਣ ਕਮਿਸ਼ਨ ਦੀ ਟੀਮ ਕਰੇਗੀ ਪੰਜਾਬ ਦਾ ਦੌਰਾ ਚੋਣਾਂ ਦੀ ਤਰੀਕ ਬਾਰੇ ਫੈਸਲਾ ਜਲਦ ਪਹਿਲੀ ਵਾਰ ਜੰਮੂ ਕਸ਼ਮੀਰ 'ਚ ਦਹਿਸ਼ਤਗਰਦਾਂ ਦੇ ਟਿਕਾਣਿਆਂ ਤੋਂ ਮਿਲੇ ਚੀਨ ਦੇ ਝੰਡੇ 17 ਅਕਤੂਬਰ ਨੂੰ 12 ਘੰਟੇ 'ਚ 700 ਘਰਾਂ ਦੀ ਹੋਈ ਤਲਾਸ਼ੀ ਸੁਰੱਖਿਆ ਦਸਤਿਆਂ ਨੇ ਗ੍ਰਿਫ਼ਤਾਰ ਕੀਤੇ 44 ਸ਼ੱਕੀ ਮੁਕਤਸਰ ਦੇ ਪਿੰਡ ਮੱਲਣ 'ਚ ਟ੍ਰਿਪਲ ਮਰਡਰ ਨਾਲ ਸਨਸਨੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ 2 ਨਿਹੰਗ ਸਿੰਘ ਜਥੇਬੰਦੀਆਂ ਦਰਮਿਆਨ ਗੋਲੀਬਾਰੀ 3 ਦੀ ਮੌਤ ਕਈ ਜ਼ਖਮੀ ਪੁਲਿਸ ਲੱਗੀ ਜਾਂਚ ਵਿੱਚ ਅੱਜ ਪੂਰੇ ਦੇਸ਼ ਵਿੱਚ ਕਰਵਾ ਚੌਥ ਦੀ ਰੌਣਕ ਮਾਨਤਾ ਦੇ ਮੁਤਾਬਕ ਅੱਜ ਦੇ ਦਿਨ ਸੁਹਾਗਣ ਔਰਤਾਂ ਪਤੀ ਦੀ ਲੰਬੀ ਉਮਰ ਦੇ ਲਈ ਰੱਖਦੀਆਂ ਨੇ ਵਰਤ